ਔਰ ਅੰਮ੍ਰਿਤਸਰ ਦੇ ਵਿੱਚ ਜਦੋਂ ਸ਼ਰਧਾਲੂ ਨੇ ਇੱਕ ਪੁਲਿਸ ਵਾਲੇ ਦੀ ਪਿਸਤੌਲ ਖੋਹ ਕੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ। ਇਸ ਖਬਰ ਦੇ ਵਿੱਚ ਅਪਡੇਟ ਸਾਹਮਣੇ ਆ ਰਹੀ ਹੈ ਕਿ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਇਸ ਦਾ ਇਲਾਜ ਚੱਲ ਰਿਹਾ ਸੀ ਹੁਣ ਤੱਕ। ਸਵੇਰੇ 8 ਵਜੇ ਦੀ ਇਹ ਘਟਨਾ ਹੈ ਔਰ 11 ਵਜੇ ਤੱਕ ਤਕਰੀਬਨ ਇਲਾਜ ਚੱਲਿਆ ਹੈ, ਪਰ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਅੱਜ ਸਵੇਰੇ 8 ਵਜੇ ਇਹ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਸਿਕਿਉਰਿਟੀ ਤਾਇਨਾਤ ਹੁੰਦੀ ਆ, ਪੁਲਿਸ ਮੁਲਾਜ਼ਮ ਅਕਸਰ ਖੜ੍ਹੇ ਹੁੰਦੇ ਨੇ, ਅਤੇ ਜਿਹੜਾ ਪੁਲਿਸ ਮੁਲਾਜ਼ਮ ਹੈ ASI ਅਸ਼ਵਨੀ ਦੱਸਿਆ ਜਾ ਰਿਹਾ, ਜਿਹੜਾ ਕਿ ਹਾਈਕੋਰਟ ਦੇ ਜੱਜ ਦੀ ਸਿਕਿਉਰਿਟੀ ਦੇ ਵਿੱਚ ਤਾਇਨਾਤ ਸੀ ਔਰ ਉਸ ਦੀ ਪਿਸਤੌਲ ਇੱਕਦਮ ਖੋਹ ਕੇ ਇਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਜ਼ਖਮੀ ਹੋ ਗਿਆ, ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ, ਪਰ ਜ਼ੇਰੇ ਇਲਾਜ ਇਸ ਦੀ ਮੌਤ ਹੋ ਗਈ ਹੈ। ਔਰ ਇਹ ਕੋਸ਼ਿਸ਼ ਹੋ ਰਹੀ ਹੈ ਪਤਾ ਲਗਾਉਣ ਦੀ ਕਿ ਵਿਅਕਤੀ ਹੈ ਕੌਣ, ਕਿੱਥੋਂ ਆਇਆ, ਕਿੱਥੋਂ ਦਾ ਰਹਿਣ ਵਾਲਾ ਹੈ, ਕੀ ਮਕਸਦ ਸੀ, ਕੀ ਕਾਰਨ ਸੀ ਖੁਦਕੁਸ਼ੀ ਕਰਨ ਦਾ। ਔਰ ਸਾਡੇ ਨਾਲ ਮਨਜਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਸਿੱਧਾ ਅੰਮ੍ਰਿਤਸਰ ਤੋਂ, ਉਹਨਾਂ ਦਾ ਰੁਖ ਕਰਦੇ ਹਾਂ। ਮਨਜਿੰਦਰ, ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਔਰ ਅਪਡੇਟ ਇਹੀ ਹੈ, ਪਰ ਕੀ ਇਹ ਸ਼ਨਾਖਤ ਹੋ ਸਕੀ ਹੈ ਕਿ ਵਿਅਕਤੀ ਹੈ ਕੌਣ? ਬਿਲਕੁਲ ਭੋਪਾਲ ਅੰਮ੍ਰਿਤਸਰ ਤੋਂ ਵੱਡੀ ਅਪਡੇਟ ਆ ਰਹੀ ਸੀ ਕਿ ਜਿੱਥੇ ਨੌਜਵਾਨ ਇੱਕ ਆਉਂਦਾ ਵਾ ਅਤੇ ਪੁਲਿਸ ਜੋ ਕਿ ਹਾਈਕੋਰਟ ਦੇ ਜੱਜ ਦੇ ਸਿਕਿਉਰਿਟੀ ਹੈਗਾ ਜਿਹੜਾ ਕਿ ਤੈਨਾਤ ਹੈਗਾ, ਤਾਂ ਉਹ ਆਪਣੇ ਮੱਥਾ ਟੇਕਣ ਵਾਸਤੇ ਜਦੋਂ ਇੱਥੇ ਪਹੁੰਚਦਾ ਵਾ ਤਾਂ ਉਹਦੇ ਪਿੱਛੋਂ ਇੱਕ ਨੌਜਵਾਨ ਆਉਂਦਾ ਜਿਹੜਾ ਕਿ ਭੱਜ ਕੇ ਉਸਦੀ ਰਿਵੋਲਵਰ ਕੱਢ ਕੇ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ। ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਸਵੇਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਸ ਨੌਜਵਾਨ ਦਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਿਟਲ 'ਚ ਇਲਾਜ ਚੱਲ ਰਿਹਾ, ਪਰ ਹੁਣ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਸਦੀ ਜਿਹੜੀ ਮੌਤ ਹੋ ਚੁੱਕੀ ਹੈ, ਉਸਦੀ ਅਜੇ ਪਛਾਣ ਨਹੀਂ ਹੋ ਸਕੀ, ਪੁਲਿਸ ਦੇ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਅਤੇ ਇਸ ਜਗ੍ਹਾ ਦੇ ਉੱਪਰ ਜਿਹੜੀ ਕਿ ਗੋਲੀ ਮਾਰੀ ਗਈ ਆ। ਦੱਸ ਦਿਓ, ਕਿਉਂਕਿ ਮ੍ਰਿਤਕ ਦੀ ਜਿਹੜੀ ਪਛਾਣ ਹਜੇ ਤੱਕ ਦੱਸੀ ਨਹੀਂ ਜਾ ਰਹੀ, ਪਰ ਉਮਰ ਉਸਦੀ 22-23 ਸਾਲ ਹੈਗੀ ਆ ਅਤੇ ਪਰੇਸ਼ਾਨੀ ਦੇ ਵਿੱਚ ਹੈਗਾ ਸੀ ਜੋ ਸੂਤਰ ਕਹਿ ਰਹੇ ਨੇ, ਅਤੇ ਉਸਦੇ ਕਿਉਂਕਿ ਸੀਸੀਟੀਵੀ ਕੈਮਰੇ ਵੀ ਬਾਹਰ ਲੱਗੇ ਹੋਏ ਨੇ, ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਆ। ਪਰ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੋਂ ਪਹੁੰਚਦੇ ਨੇ, ਆ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੀ ਇੱਥੇ ਖੜ੍ਹਾ ਹੁੰਦਾ, ਪਰ ਜਿਹੜੀ ਐਡੀ ਵੱਡੀ ਘਟਨਾ ਵਾਪਰਨੀ ਇੱਕ ਅੰਮ੍ਰਿਤਸਰ ਵਾਸਤੇ ਬੜੀ ਦੁੱਖ ਭਰੀ ਆ, ਕਿਉਂਕਿ ਕੀ ਲੋਕਾਂ ਦੇ ਵਿੱਚ ਇੱਕ ਮੈਸੇਜ ਆਵੇਗਾ, ਲੋਕ ਜਦੋਂ ਇਹ ਗੋਲੀ ਚੱਲਦੀ ਆ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਗੁਰੂ ਘਰਾਂ ਦੇ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ, ਸਰਬ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਪਹੁੰਚਦੇ ਨੇ, ਇਹ ਤਸਵੀਰਾਂ ਦਿਖਾ ਰਿਹਾ, ਅਤੇ ਹੁਣ ਪੁਲਿਸ ਦੀ ਤੈਨਾਤੀ ਜਿਹੜੀ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਚੱਪਾ ਚੈੱਕ ਕੀਤਾ ਜਾ ਰਿਹਾ, ਕਿਉਂਕਿ ਭਾਵੇਂ ਸੀਸੀਟੀਵੀ ਕੈਮਰੇ ਇਹ ਪ੍ਰਸ਼ਾਸਨ ਦੇ ਜਾਂ SGPC ਦੇ ਵੀ ਲੱਗੇ ਹੋਏ ਨੇ, ਉਹਨਾਂ ਦੀ ਵੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨ ਦੇ ਵੱਲੋਂ ਗੋਲੀ ਕਿਉਂ ਆਪਣੇ ਆਪ ਨੂੰ ਮਾਰੀ ਗਈ ਆ, ਅਤੇ ਇਸੇ ਕਰਕੇ ਹੁਣ ਜਿਹੜੀ ਜਾਂਚ ਇਹ ਕੀਤੀ ਜਾ ਰਹੀ ਆ। ਪਰ ਨੌਜਵਾਨ ਦੀ ਜਿਹੜਾ ਕਿ ਮੌਤ ਹੋ ਚੁੱਕੀ ਆ, 7:55 ਦਾ ਟਾਈਮ ਦੱਸਿਆ ਜਾ ਰਿਹਾ ਕਿ ਜਦੋਂ ਪੂਰੀ ਘਟਨਾ ਵਾਪਰੀ ਆ, ਅਤੇ ਹੁਣ ਉਸ ਜਗ੍ਹਾ ਦੇ ਉੱਪਰ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਆ, ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਪੁਲਿਸ ਦੇ ਵੱਲੋਂ, ਉਹ ਵੀ ਖੰਗਾਲੇ ਜਾ ਰਹੇ ਨੇ, ਕੈਮਰਾ ਪਰਸਨ ਕਿਉਂਕਿ ਕੈਮਰੇ ਦਿਖਾਏ ਜਾਣ, ਕਿਉਂਕਿ ਕੈਮਰੇ ਲੱਗੇ ਹੋਏ ਨੇ, ਅਤੇ ਹੁਣ ਪੁਲਿਸ ਦੇ ਵੱਲੋਂ ਪਛਾਣ ਕੀਤੀ ਜਾ ਰਹੀ ਆ ਕਿ ਇਹ ਨੌਜਵਾਨ ਕੌਣ ਸੀ, ਇਸਦੀ ਮਨਸ਼ਾ ਕੀ ਸੀ, ਗੁਰੂ ਘਰ ਮੱਥਾ ਟੇਕਣ ਵਾਸਤੇ ਪਹੁੰਚਦਾ ਵਾ, ਪਰ ਇਸ ਦੇ ਵੱਲੋਂ ਐਡਾ ਵੱਡਾ ਕਦਮ ਕਿੱਦਾਂ ਚੁੱਕਿਆ ਜਾਂਦਾ, ਅਤੇ ਉਸਦੇ ਵੱਲੋਂ ਇਹ ਇੱਕ ਪੁਲਿਸ ਮੁਲਾਜ਼ਮ ਦੀ ਜਿਹੜੀ ਰਿਵੋਲਵਰ ਕੱਢ ਕੇ ਉਸਦੀ ਡੱਬ ਦੇ ਵਿੱਚੋਂ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਵਾ। ਦੱਸਿਆ ਜਾ ਰਿਹਾ ਕਿ ਜਦੋਂ ਪੁਲਿਸ ਮੁਲਾਜ਼ਮ ਉਸ ਦੇ ਪਿੱਛੇ ਭੱਜਦਾ ਤਾਂ ਉਸਦੇ ਵੱਲੋਂ ਉਦੋਂ ਤੱਕ ਆਪਣੇ ਆਪ ਨੂੰ ਖਤਮ ਕਰ ਲੈਂਦੇ, ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ, ਅਤੇ ਪਰ ਹੁਣ ਉਸਦੀ ਪਛਾਣ ਨਹੀਂ ਜਿਹੜੀ ਇਹ ਹਜੇ ਸਾਹਮਣੇ ਆਈ। ਪਰ ਹੁਣ ਸਵਾਲ ਹੁਣ ਇਹ ਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੀ ਆਸਾਂ ਲੈ ਕੇ ਗੁਰੂ ਘਰ ਵਿੱਚ ਪਹੁੰਚਦੇ ਨੇ, ਪਰ ਜਦੋਂ ਇੱਦਾਂ ਦੀਆਂ ਘਟਨਾ ਸਾਹਮਣੇ ਆਉਂਦੀਆਂ ਤਾਂ ਜਿਹੜਾ ਕਿ ਮਾਹੌਲ ਇੱਕ ਖਰਾਬ ਹੁੰਦਾ ਨਜ਼ਰ ਆ ਰਿਹਾ, ਤਾਂ ਪੁਲਿਸ ਦੇ ਵੱਲੋਂ ਉਸਦੀ ਹੁਣ ਪਛਾਣ ਕਰਨ ਦੀ ਕੋਸ਼ਿਸ਼ ਦੱਸੀ ਜਾ ਰਹੀ ਆ। ਉਸਦੀ ਜੇਬ ਦੇ ਵਿੱਚੋਂ ਕੁਛ ਵੀ ਨਹੀਂ ਮਿਲਿਆ, ਉਸਦੀ ਮਨਸ਼ਾ ਕੀ ਸੀ ਕਿ ਇੱਥੇ ਆ ਕੇ ਗੋਲੀ ਚਲਾਉਣੀ ਜਾਂ ਕਿ ਗੋਲੀ ਮਾਰਨੀ ਆ,
ਕਿਉਂਕਿ ਜਿਹੜਾ ਮੁਲਾਜ਼ਮ ਆ ਉਹ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਕਿ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ, ਮੈਂ ਵੀ ਗੁਰੂ ਘਰ ਮੱਥਾ ਟੇਕਣ ਵਾਸਤੇ ਪਹੁੰਚਿਆ, ਜਦੋਂ ਇਸ ਜਗ੍ਹਾ ਦੇ ਉੱਪਰ ਮੈਂ ਪਹੁੰਚਦਾ ਵਾਂ ਅਤੇ ਉਹ ਉਸੇ ਰਿਵੋਲਵਰ ਮੇਰਾ ਕੱਢ ਕੇ ਜਿਹੜਾ ਆਪਣੇ ਆਪ ਨੂੰ ਇਹ ਗੋਲੀ ਮਾਰ ਲੈਂਦਾ। ਅਤੇ ਆਹ ਦੇਖ ਸਕਦੇ ਤਸਵੀਰਾਂ ਇਸ ਜਗ੍ਹਾ ਦੇ ਉੱਪਰ ਇਹ ਪੂਰੀ ਘਟਨਾ ਜਿਹੜੀ ਵਾਪਰੀ ਆ, ਕਿਉਂਕਿ ਇਹ ਅੱਜ ਸੰਡੇ ਐਤਵਾਰ ਦਾ ਦਿਨ ਹੈਗਾ, ਜਿਹੜੇ ਲੋਕਲ ਸ਼ਰਧਾਲੂ ਨੇ ਉਹ ਵੀ ਸੰਗਤ ਤੇ ਪਹੁੰਚਦੀ ਆ। ਮਨਜਿੰਦਰ ਹੀ ਮਨਜਿੰਦਰ ਇੱਕ ਤਾਂ ਦਰਸ਼ਕਾਂ ਨੂੰ ਆਪਾਂ ਇਹ ਕਲੀਅਰ ਕਰੀਏ, ਮਨਜਿੰਦਰ ਸਾਡੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ, ਇੱਕ ਦਰਸ਼ਕਾਂ ਨੂੰ ਇਹ ਕਲੀਅਰ ਕਰੀਏ ਕਿ ਇੱਥੇ ਜਿੱਥੇ ਤੁਸੀਂ ਖੜ੍ਹੇ ਹੋ, ਇੱਕ ਤਾਂ ਅਸੀਂ ਇਹ ਸਮਝ ਪਾ ਰਹੇ ਹਾਂ ਕਿ ਬਿਲਕੁਲ ਇਹ ਐਂਟਰੀ ਹੈ ਜੋ ਦਰਬਾਰ ਸਾਹਿਬ ਕੰਪਲੈਕਸ ਦੀ, ਔਰ ਸ਼ਨੀਦੇਵ ਦਾ ਮੰਦਿਰ ਵੀ ਬਿਲਕੁਲ ਨਾਲ ਹੈ। ਇੱਥੇ ਜਿਹੜੀ ਆਮ ਫੋਰਸ ਹੁੰਦੀ ਹੈ ਜੋ ਅਕਸਰ ਤਾਇਨਾਤ ਰਹਿੰਦੀ ਹੈ, ਅੰਮ੍ਰਿਤਸਰ ਦੀ ਪੁਲਿਸ ਆ, ਉਹ ਟੂ ਡਿਸਪਲੇਸਡ ਹੋਣ ਕਰਕੇ ਉੱਥੇ ਤਾਇਨਾਤ ਰਹਿੰਦੀ ਹੈ। ਇੱਕ ਤਾਂ ਉਹ ਪੁਲਿਸ ਅਧਿਕਾਰੀ ਹੁੰਦੇ ਨੇ, ਅਤੇ ਜਿਹੜਾ ਪੁਲਿਸ ਅਧਿਕਾਰੀ ਹੈ ਕਿ ਉਹ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਆਇਆ ਸੀ ਜਿਸ ਦੀ ਪਿਸਟੋਲ ਖੋਈ ਗਈ। ਬਿਲਕੁਲ ਜੀ, ਕਿਉਂਕਿ 24 ਘੰਟੇ ਜਿਹੜੇ 24 ਘੰਟੇ ਪ੍ਰਸ਼ਾਸਨ ਇੱਥੇ 24 ਘੰਟੇ ਰਹਿੰਦਾ ਵਾ, ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ, IGPC ਦੇ ਮੁਲਾਜ਼ਮ ਵੀ ਇੱਥੇ ਹੁੰਦੇ ਨੇ, IGPC ਦੇ ਕੈਮਰੇ ਵੀ ਲੱਗੇ ਹੋਏ ਨੇ, ਪ੍ਰਸ਼ਾਸਨ ਦੇ ਵੀ ਲੱਗੇ ਹੋਏ ਨੇ। ਪਰ ਹੁਣ ਸਵਾਲ ਕੀ ਹੈ ਕਿ ਨੌਜਵਾਨ ਦੀ ਮਨਸ਼ਾ ਕੀ ਸੀ, ਕਿੱਥੇ ਆ ਕੇ ਹੀ ਗੁਰੂ ਘਰ ਦੇ ਘੰਟਾ ਘਰ ਦੇ ਬਾਹਰ ਜਿਹੜੀ ਐਂਟਰੀ ਮੇਨ ਐਂਟਰੀ ਹੈਗੀ ਆ, ਇੱਥੇ ਆ ਕੇ ਆਪਣੇ ਆਪ ਨੂੰ ਗੋਲੀ ਮਾਰਦਾ ਵਾ। ਪਰ ਹੁਣ ਸਵਾਲ ਇਹ ਆ, ਕਿਉਂਕਿ ਜਿਹੜੀਆਂ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਕਿ ਪੁਲਿਸ ਮੁਲਾਜ਼ਮ ਦੀ ਪਿਸਤੌਲ ਕਿਉਂ ਖੋਈ ਗਈ, ਪੁਲਿਸ ਮੁਲਾਜ਼ਮ ਨੂੰ ਕਿਉਂ ਟਾਰਗੇਟ ਕੀਤਾ ਗਿਆ, ਇਹ ਲੋਕ ਬਹੁਤ ਟਿੱਪਣੀਆਂ ਕਰ ਰਹੇ ਨੇ। ਪਰ ਹੁਣ ਸਾਫ਼ ਤੌਰ 'ਤੇ ਪਰ ਪੁਲਿਸ ਦੇ ਵੱਲੋਂ ਬਿਆਨ ਕੋਈ ਨਹੀਂ ਦਿੱਤਾ ਜਾ ਰਿਹਾ, ਨਾ ਉਸ ਨੌਜਵਾਨ ਦੀ ਪਛਾਣ ਜਿਹੜੀ ਦੱਸੀ ਜਾ ਰਹੀ ਆ। ਆਹ ਕੈਮਰਾ ਪਰਸਨ ਕਹੂੰਗਾ ਆਹ ਦੁਕਾਨਾਂ ਵੀ ਦਿਖਾਈਆਂ ਜਾਣ, ਇਹ ਦੁਕਾਨਾਂ 'ਤੇ ਜ਼ਰੂਰ, ਕਿਉਂਕਿ ਇਹ 10 ਵਜੇ ਤੱਕ ਦੁਕਾਨਾਂ ਖੁੱਲਦੀਆਂ, ਅਤੇ ਜਦੋਂ ਇਹ ਘਟਨਾ ਵਾਪਰੀ ਦੁਕਾਨਾਂ ਬੰਦ ਸੀ, ਅਤੇ CCTV ਕੈਮਰੇ ਲੱਗੇ ਹੋਏ ਨੇ, ਅਤੇ ਬਰੀਕੀ ਦੇ ਨਾਲ ਇਹ CCTV ਦੀ ਹੁਣ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਆ। ਪਰ ਇਸੇ ਜਗ੍ਹਾ ਦੇ ਉੱਪਰ ਮੌਕੇ ਦੇ ਉੱਪਰ ਹੀ ਇਹ ਘਟਨਾ ਜਿਹੜੀ ਵਾਪਰਦੀ ਆ, ਅਤੇ ਇੱਕ ਦਹਿਸ਼ਤ ਦਾ ਜਿਹੜਾ ਮਾਹੌਲ ਉਹ ਬਣ ਜਾਂਦਾ। ਪਰ ਹੁਣ IGPC ਦੇ ਵੱਲੋਂ ਵੀ ਇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੀ ਮੰਸ਼ਾ ਕੀ ਹੈਗੀ ਸੀ ਨੌਜਵਾਨ ਦੀ, ਜਿਹਦੇ ਵੱਲੋਂ ਇੱਥੇ ਆ ਕੇ ਜਿਹੜੀ ਇਸ ਘਟਨਾ ਨੂੰ ਨਜਾਬ ਦਿੱਤਾ ਗਿਆ। ਪਰ ਉਹ ਪੁਲਿਸ ਮੁਲਾਜ਼ਮ ਨੂੰ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ, ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਇੱਥੇ ਗੁਰੂ ਘਰ ਮੱਥਾ ਟੇਕਣ ਵਾਸਤੇ ਪਹੁੰਚਦਾ ਵਾ, ਅਤੇ ਜਦੋਂ ਇਹ ਘੰਟਾ ਘਰ ਨੂੰ ਅੰਦਰ ਰਸਤੇ ਨੂੰ ਜਾਂਦਾ ਹੁੰਦਾ, ਉਸੇ ਟਾਈਮ ਉਸਦੀ ਜਿਹੜੀ ਰਿਵੋਲਵਰ ਉਹ ਕੱਢ ਕੇ ਉਹ ਜਿਹੜਾ ਨੌਜਵਾਨ ਉਹ ਗੋਲੀ ਆਪਣੇ ਆਪ ਨੂੰ ਮਾਰ ਲੈਂਦਾ। ਪਰ ਹੁਣ ਇਹ ਸਾਫ਼ ਤੌਰ 'ਤੇ ਪੁਲਿਸ ਦੇ ਵੱਲੋਂ ਕੋਈ ਵੀ ਮੀਡੀਆ ਦੇ ਵਿੱਚ ਬਿਆਨ ਨਹੀਂ ਦਿੱਤਾ ਗਿਆ ਉਸ ਨੌਜਵਾਨ ਨੂੰ ਲੈ ਕੇ, ਨਾ ਕੋਈ CCTV ਦਾ ਜੇ ਕੋਈ ਪੱਖ ਰੱਖਿਆ ਗਿਆ। ਜੀ ਮਨਜਿੰਦਰ, ASI ਅਸ਼ਵਨੀ ਕੁਮਾਰ ਨੇ ਜੋ ਉਹ ਆਮ ਜਾ ਰਹੇ ਨੇ ਆਪਣਾ, ਉਹਨਾਂ ਕੋਲ ਆਪਣਾ ਸਰਵਿਸ ਪਿਸਟਲ ਹੈ, ਪਰ ਇੱਥੇ ਸਵਾਲ ਇਹ ਵੀ ਹੈ ਕਿ ਵੱਡਾ ਹਾਦਸਾ ਵੀ ਹੋ ਸਕਦਾ ਸੀ। ਹੁਣ ਉਹ ਪੁਲਿਸ ਅਧਿਕਾਰੀ ਤੋਂ ਪੁੱਛਗਿੱਛ ਦੌਰਾਨ ਕੋਈ ਜਾਂਚ ਅਧਿਕਾਰੀ ਨੇ ਕਾਰਵਾਈ ਦੀ ਗੱਲ ਕਹੀ ਹੈ, ਕਿਉਂਕਿ ਇਸ ਤਰ੍ਹਾਂ ਪੁਲਿਸ ਅਧਿਕਾਰੀ ਤੋਂ ਪਿਸਤੌਲ ਖੋਹ ਲੈਣਾ ਇਹ ਤਾਂ ਖੁਦਕੁਸ਼ੀ ਦਾ ਮਾਮਲਾ ਹੈ। ਉਹ ਕੋਈ ਵਿਅਕਤੀ ਜੇ ਹੋਰ ਹੁੰਦਾ, ਕੋਈ ਸ਼ਰਾਰਤੀ ਅਨਸਰ ਹੁੰਦਾ, ਤਾਂ ਉਹ ਪਿਸਤੌਲ ਦਾ ਗਲਤ ਇਸਤੇਮਾਲ ਵੀ ਕਰ ਸਕਦਾ ਸੀ। ਬਿਲਕੁਲ ਇਹ ਬਵਾਲ ਕਿ ਇਹ ਚੀਜ਼ ਜ਼ਰੂਰ ਆ ਕਿ ਜਿਹੜਾ ASI ਅਸ਼ਮੀ ਸ਼ਰਮਾ ਵਾ ਕਿ ਉਸਨੇ ਰਿਵੋਲਵਰ ਲੋਡ ਰੱਖੀ ਸੀ, ਕਿਉਂਕਿ ਜਦੋਂ ਅਸੀਂ ਕੋਈ ਗੋਲੀ ਚਲਾਉਂਦੇ ਹਾਂ ਤਾਂ ਉਹਦਾ ਇੱਕ ਲੋਕ ਹੁੰਦਾ, ਉਹ ਲੋਕ ਨੂੰ ਖੋਲ੍ਹਣਾ ਪੈਂਦਾ, ਫਿਰ ਗੋਲੀ ਚੱਲਦੀ ਆ। ਇਹ ਲੱਗਦਾ ਕਿ ਬਿਲਕੁਲ ਟ੍ਰੇਨ ਸੀ ਇਹ ਨੌਜਵਾਨ, ਜਾਂ ਕਿ ਪੁਲਿਸ ਵਾਲੇ ਦੀ ਕੀ ਮੰਸ਼ਾ ਸੀ, ਇਹ ਸਾਫ਼ ਤੌਰ 'ਤੇ ਅਸੀਂ ਲਿਵਿੰਗ ਇੰਡਸਟਰੀ ਦੀ ਸਪੁਸ਼ਟੀ ਨਹੀਂ ਕਰਦਾ। ਪਰ ਸਾਫ਼ ਤੌਰ 'ਤੇ ਸਵਾਲ ਇਹ ਆ ਕਿ ਕੋਈ ਵੀ ਪੁਲਿਸ ਮੁਲਾਜ਼ਮ ਹੁੰਦਾ ਵਾ ਤਾਂ ਆਪਣੇ ਜਿਹੜੇ ਪਿਸਤੌਲ ਨੂੰ ਲੋਕ ਲਾ ਕੇ ਰੱਖਦਾ ਕਿ ਜਦੋਂ ਕੋਈ ਰਸ਼ ਹੁੰਦਾ ਰਸ਼ ਦੇ ਵਿੱਚੋਂ ਕੋਈ ਕੱਢ ਕੇ ਗੋਲੀ ਨਾ ਚਲਾ ਦੇ। ਜਿਸ ਨੌਜਵਾਨ ਦੇ ਵੱਲੋਂ ਇਹ ਗੋਲੀ ਚਲਾਈ ਗਈ ਆ, ਲੱਗਦਾ ਕਿ ਇੱਕੋ ਗੋਲੀ ਚੱਲੀ ਆ, ਦੋ ਗੋਲੀਆਂ ਚੱਲੀਆਂ, ਇਹਦੀ ਪੁਸ਼ਟੀ ਪੁਲਿਸ ਨੇ ਨਹੀਂ ਕੀਤੀ। ਪਰ ਜੇ ਜ਼ਿਆਦੀਆਂ ਗੋਲੀਆਂ ਚੱਲਦੀਆਂ ਤਾਂ ਹਾਦਸਾ ਵੱਡਾ ਵਾਪਰ ਸਕਦਾ ਸੀ, ਜਿਹਦੇ ਨਾਲ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਨੁਕਸਾਨ ਹੋ ਸਕਦਾ ਸੀ। ਹੁਣ ਸਵਾਲ ਆ, ASI ਅਸ਼ਮੀ ਕੋਈ ਗੱਲ ਪੁੱਛੀ ਜਾਵੇਗੀ, ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚਦਾ ਜਾਂ ਡਿਊਟੀ ਦੌਰਾਨ ਇੱਥੇ ਖੜ੍ਹੇ ਸਨ, ਜਿਹੜਾ ਪਿਸਤੌਲ ਦੇ ਵਿੱਚ ਕਿੰਨੀਆਂ ਗੋਲੀਆਂ ਸਨ, ਲੋਕ ਕਿਉਂ ਨਹੀਂ ਹੈਗਾ ਸੀ, ਇਹ ਹਰ ਇੱਕ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਂਦੀ ਆ। ਸਵਾਲ ਹੁਣ ਇਹ ਵੀ ਆ ਕਿ ਜਦੋਂ ਕੋਈ ਵੀ ਪੁਲਿਸ ਮੁਲਾਜ਼ਮ ਗੁਰੂ ਘਰ ਮੱਥਾ ਟੇਕਣ ਵਾਸਤੇ ਪਹੁੰਚਦਾ ਤਾਂ ਆਪਣਾ ਰਿਵੋਲਵਰ ਗੱਡੀ ਦੇ ਵਿੱਚ ਰੱਖਦਾ, ਜਿੱਦਾਂ ਪੁਲਿਸ ਮੁਲਾਜ਼ਮ ਦੀ ਗੱਡੀ ਲੱਗੀ ਹੋਈ ਆ, ਜੇ ਇਸ ਦਾ ਐਸ
ਐਸ ਓ ਹੋਊਗਾ, ਏ ਐਸ ਆਈ ਹੋਊਗਾ, ਕੋਈ ਵੀ ਪੁਲਿਸ ਮੁਲਾਜ਼ਮ ਹੋਊ, ਕਿਉਂਕਿ ਅੰਦਰ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਬੈਲਟ ਤੇ ਇੱਕ ਰਿਵੋਲਵਰ, ਉਹ ਲਾਊ ਨਹੀਂ ਹੈਗਾ ਕਿ ਅਸੀਂ ਅੰਦਰ ਜਾ ਕੇ ਮੱਥਾ ਟੇਕ ਸਕੀਏ, ਕਿਉਂਕਿ ਕੋਈ ਪੁਲਿਸ ਮੁਲਾਜ਼ਮ ਜਾਂ ਕੋਈ ਵੀ ਆਈ ਪੀ ਆਉਂਦਾ ਆਪਣੀ ਰਿਵੋਲਵਰ ਜਿਹੜੀ ਆ ਗੱਡੀ ਦੇ ਵਿੱਚ ਰੱਖ ਕੇ ਜਾਊਗਾ। ਹੁਣ ਅਸ਼ਮਨੀ ਜਿਹੜਾ ਅਸ਼ਮਨੀ ਦੀ ਅਸੀਂ ਗੱਲ ਕਰ ਰਹੇ ਹਾਂ, ਏ ਐਸ ਆਈ ਦੀ, ਜਿਸ ਦੇ ਹਾਈਕੋਰਟ ਦਾ ਜੱਜ ਦੇ ਤਨਾਤ ਹੈਗਾ, ਉਹਦੀ ਮੰਸ਼ਾ ਕੀ ਸੀ, ਉਹਦਾ ਰਿਵੋਲਵਰ ਪੂਰਾ ਲੋਡ ਸੀ, ਲੌਕ ਕਿਉਂ ਨਹੀਂ ਲੱਗਾ ਹੋਇਆ ਸੀ, ਇਹ ਸਾਰੇ ਸਵਾਲਾਂ ਦੇ ਘੇਰੇ ਵਿੱਚ ਪੁੱਛਗਿੱਛ ਜਿਹੜੀ ਆ ਬਰੀਕੀ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਆ। ਪਰ ਹੁਣ ਨੌਜਵਾਨ ਦੀ ਪਛਾਣ ਨਹੀਂ ਹੋ ਸਕਦੀ, ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਸੀ, ਅੰਮ੍ਰਿਤਸਰ ਕੀ ਕਰਨ ਵਾਸਤੇ ਆਇਆ ਸੀ, ਮੱਥਾ ਟੇਕਣ ਵਾਸਤੇ ਆਇਆ ਸੀ ਜਾਂ ਹੋਰ ਕੋਈ ਕੰਮ ਕਰਨ ਵਾਸਤੇ ਆਇਆ ਸੀ, ਉਹਦਾ ਦਿਮਾਗੀ ਤੁਸੀਂ ਕਿੱਦਾਂ ਸੀ, ਇਹ ਬਰੀਕੀ ਦੇ ਨਾਲ ਹਜੇ ਜਾਂਚ ਜਿਹੜੀ ਕੀਤੀ ਜਾ ਰਹੀ ਆ ਜੀ।